ਜੇ ਕਿਸੇ ਨੂੰ ਚੰਗਾ ਲੱਗਿਆ ਤਾਂ ਵੱਧ ਤੋਂ ਵੱਧ 6000 ਜ਼ਰੂਰ ਕਰਨਾ। ਜੇ ਹਜੇ ਤੱਕ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਜ਼ਰੂਰ ਕਰ ਲੈਣ। ਧੰਨਵਾਦ। ਗੁਰਪ੍ਰੀਤ ਸ਼ੋਦ ਦਾ ਵੀਰਾ ਹੈ ਨਾ, ਆਪਾਂ ਨੂੰ ਗਾਣਾ ਸੁਣਾਉਣਗੇ। ਚਲੋ ਵੀਰੇ। ਹਾਂਜੀ, ਮੈਂ ਆਪਣਾ ਗੁਰਪ੍ਰੀਤ ਸ਼ੋਦ ਬਣਾ ਵਾਲੀ ਤੇ ਅੱਜ ਸਾਦੇ ਵੀਰ ਇੱਧਰ ਆਏ ਸੀ। ਕਿੱਧਰ ਜੀ? ਆਪਾਂ ਗੁਜਰਾਤ ਤੋਂ। ਗੁਜਰਾਤ ਤੋਂ ਤੜਕ ਚਲਾਉਂਦੇ ਆ ਜੀ, ਜੋ ਕਿ ਆਏ ਸੀ ਮਿਲੇ ਸੀ ਬੰਦਾ ਸਾਦੇ ਬਾਈਆਂ ਦਾ ਸੁਨਾਮ ਆ ਜਿਹਦੇ ਜਿੰਨੇ ਵੀ ਖੜੇ ਆ ਤੇ ਵੀਦੂ ਬਣਾ ਰਿਹਾ ਆਪਣਾ ਜਵੰਦਾ ਜੀ ਤੇ ਆਪਣਾ ਪੰਮਾ ਜੀ ਸੁਨਾਮ ਤੇ ਗਾਂ ਜਸਵੀਰ ਆ ਉਹ ਗਾਂ ਬਾਈ ਸੁਨਾਮ ਜਸਵੀਰ ਸੁਨਾਮ ਤੇ ਛੰਦੂ ਸੁਨਾਮ ਜੀ ਇਹ ਤਿੰਨੇ ਭਾਈਚਾਰੇ ਸੁਨਾਮ ਤੋਂ ਆ ਬਾਈ ਜੋ ਕਿ ਬਹੁਤ ਵੱਡੇ ਫੈਨ ਸੀ ਤੇ ਅੱਜ ਸਪੈਸ਼ਲ ਮਿਲੇ ਆ ਟਾਈਮ ਇਹਨਾਂ ਲਈ ਟਾਈਮ ਕੱਢਿਆ ਆਪਾਂ ਤੇ ਅੱਜ ਇਹ ਵੀ ਟਾਈਮ ਕੱਢ ਕੇ ਆਏ ਆ ਤੇ ਹੁਣ ਇਹਨਾਂ ਦੀ ਫਰਮਾਇਸ਼ ਜੀ ਕਿਹਦਾ ਗਾਣਾ ਸੀ ਜੀ? ਗੁਰਪ੍ਰੀਤ ਸੋਤਾ ਜੀ ਤੁਸੀਂ ਕੀ ਸੌਂਗ ਸੁਣਾ ਦਿਓ? ਮਾਨਸਾ ਦੀ ਤਿੰਨ ਮਾਨਸਾ ਦੀ ਤਿੰਨ ਗਾਉਣੀ ਜੀ, ਬੜਾ ਵਧੀਆ ਸੌਂਗ ਲੱਗਦਾ। ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਰਾਂ ਨੇ ਮਦੀਦ ਖੜਕਾ ਦੀ। ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਰਾਂ ਨੇ ਮਦੀਦ ਖੜਕਾ ਦੀ। ਮਾਨਸਾ ਦੀ ਤਿੰਨ ਕੂਣੀ ਤੇ ਉਹ ਜੇਲ ਨੱਤ ਲਾਲਦੀ ਰਹਿੰਦੀ ਸੀ, ਮੋਰਾ ਉੱਤੇ ਖਾਲਦੀ ਰਹਿੰਦੀ ਸੀ। ਉਹ ਜੇਲ ਨੱਤ ਲਾਲਦੀ ਰਹਿੰਦੀ ਸੀ, ਮੋਰਾ ਉੱਤੇ ਖਾਲਦੀ ਰਹਿੰਦੀ ਸੀ। ਕੱਲ ਜੱਗਦੇ ਵਾਂਗ ਪਥਾ ਦੀ ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਰਾਂ ਨੇ ਮਦੀਦ ਖੜਕਾ ਦੀ। ਮਾਨਸਾ ਦੀ ਤਿੰਨ ਕੂਣੀ ਤੇ ਕੱਲ ਯਾਰਾਂ ਨੇ ਮਦੀਦ ਖੜਕਾ ਦੀ। ਮਾਨਸਾ ਦੀ ਤਿੰਨ ਕੂਣੀ ਤੇ ਹਾਂਜੀ ਇੱਕ ਛੋਟਾ ਜਿਹਾ ਹੋਰ ਮੇਰਾ ਵੀਰ ਸੰਨੀ ਦਿਓ। ਸੰਨੀ ਦਿਓ ਜੀ, ਸੰਨੀ ਦਿਓ। ਉਧ ਦੀ ਅਦਾਉਂਦੀ ਇੱਕ ਛੂਣੀਆਂ ਮੇ ਗੱਲ ਨੀ, ਸੋਹਣਿਆ ਬਰਾਤ ਪੈਂਦੇ ਆਉਣੀ ਤੇਰੀ ਗੱਲ ਨੀ। ਉਧ ਦੀ ਅਦਾਉਂਦੀ ਇੱਕ ਛੂਣੀਆਂ ਮੇ ਗੱਲ ਨੀ, ਸੋਹਣਿਆ ਬਰਾਤ ਪੈਂਦੇ ਆਉਣੀ ਤੇਰੀ ਗੱਲ ਨੀ। ਤੇਰੇ ਵਿਆਹ ਵਾਲਾ ਤੈਨ ਤਨੀ ਮੈਂ ਬਾਲੂ, ਤੇ ਮਿੱਠਾ ਮੁੱਠਾ ਕੁਝ ਵੀ ਮਿਲਾਉਣ ਨੀ ਦੇਣਾ। ਛਾਣੀ ਦੌਲ ਮੰਗੂ ਬਾਨੂ ਆਖਲਾ ਦੇ ਬੱਲੀ ਗਏ, ਤੈਨੂੰ ਕਿਛ ਓਲਦੀ ਮੈਂ ਹੋਣ ਨੀ ਦੇਣਾ। ਛਾਣੀ ਦਿਓਲ ਮੰਗੂ ਬਾਨੂ ਆਖਲਾ ਦੇ ਬੱਲੀਏ, ਤੈਨੂੰ ਕਿਛ ਓਲਦੀ ਮੈਂ ਹੋਣ ਨੀ ਦੇਣਾ। ਤੇ ਆਪਣਾ ਬਾਈ ਯੂਟਿਊਬ ਤਾਂ ਤੁਸੀਂ ਜਾਣਦੇ ਹੋ ਉਹਨੇ ਗੁਰਪ੍ਰੀਤ ਸੋਤਾ ਬਣਾ ਵਾਲੀ ਨਾ ਤੇ ਚੈਨਲ ਬਣਿਆ ਹੋਇਆ। ਮੇਰੇ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਸੀਂ, ਮੇਰੀ ਇਹੀ ਬੇਨਤੀ ਆ ਮੇਰੇ ਵੀਰ ਨੂੰ, ਜਿੰਨੀ ਵੱਧ ਤੋਂ ਵੱਧ ਸਪੋਰਟ ਕਰ ਸਕਦੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਰੇ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਚੈਨਲ ਬਾਈ ਦਾ, ਠੀਕ ਹੈ, ਨਾਲੇ ਸ਼ੇਅਰ ਕਰਨਾ, ਠੀਕ ਹੈ ਬਾਈ, ਠੀਕ ਹੈ, ਬਹੁਤ ਤਾੜੀਆਂ ਬਾਈ ਬਾਈ ਨੂੰ ਕਣ ਕੇ ਮਿਲਣ ਆਏ ਮੇਰਾ ਵੀਰ ਸਪੈਸ਼ਲ, ਮੇਰਾ ਵੀਰ ਸੋਤਾ ਸਪੈਸ਼ਲ ਬਾਈ ਨੂੰ ਗੁਜਰਾਤ ਤੋਂ ਫੋਨ ਕੀਤਾ ਬਾਈ ਸੀ ਵੀ ਮੈਂ ਮਿਲਣੀ ਆ, ਮੈਂ ਆਖਿਆ ਮੈਂ ਕਿਹਾ ਬਾਈ ਅਸੀਂ ਬਾਹਰ ਰਹਿੰਦੇ ਹਾਂ ਹੁਣ ਤੇ ਚਲੋ ਕੋਈ ਨਹੀਂ ਟਾਈਮ ਕੱਢਾਂਗੇ, ਤੇ ਬਾਈ ਕੋਲ ਵੀ ਟਾਈਮ ਨਹੀਂ ਸੀ, ਸਾਡੇ ਕੋਲ ਵੀ ਅੱਜ ਮਿਲ ਗਏ, ਅੱਜ ਪਿੰਡ ਕੋਲੋਂ ਲੰਘਦੇ ਚੱਲੇ ਉਦੋਂ ਸਬੱਬੀ ਮੇਲ ਹੋ ਗਏ ਸਾਡੇ, ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ, ਬਹੁਤ ਬਾਈ ਧੰਨਵਾਦ ਪੂਰਾ ਹੈ ਨਾ। ਵਾਹ ਜੀ।